ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਅਤੇ ਇਸ ਵੀਡੀਓ 'ਚ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਬਿਰਲਾ ਟਾਮਾ ਸਵਾਲ ਆਇਆ ਕਿਸਾਨ ਵੀਰਾਂ ਦਾ ਇਸ ਬਾਰੇ ਕਿ ਸੁੰਡੀ ਦਾ ਹਮਲਾ ਕਣਕ ਦੇ ਵਿੱਚ, ਤਾਂ ਜੇ ਕੋਈ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦੱਬ ਲਓ, ਫੇਸਬੁੱਕ ਪੇਜ 'ਤੇ ਦੇ ਰਹੇ ਤਾਂ ਪੇਜ ਫੋਲੋ ਕਰ ਸਕਦੇ। ਕਿਸਾਨ ਵੀਰ, ਜਦੋਂ ਕਣਕ ਦੀ ਬਿਜਾਈ ਵੀ ਹੋਈ ਸੀ ਨਾ, ਬਿਜਾਈ ਤੋਂ 20 ਦਿਨ, ਮਹੀਨਾ, 35 ਦਿਨ ਤੱਕ ਜਦੋਂ ਤੱਕ ਥੋੜ੍ਹਾ ਜਿਹਾ ਤਾਪਮਾਨ ਉੱਚ ਰਿਹਾ, ਤਾਂ ਕਈ ਥਾਵਾਂ ਦੇ ਉੱਤੇ ਜਿੱਥੇ ਖਾਸ ਤੌਰ 'ਤੇ ਝੋਨੇ ਦੇ ਵਿੱਚ ਜਿਹੜੀ ਹੈਗੀ ਹੈ ਗੁਲਾਬੀ ਸੁੰਡੀ ਦਾ ਹਮਲਾ ਸੀਗਾ, ਝੋਨੇ ਦੇ ਵਿੱਚ, ਕਣਕ ਤੋਂ ਪਹਿਲਾਂ ਝੋਨੇ ਦੇ ਵਿੱਚ ਜਿਹੜੇ ਖੇਤਾਂ ਦੇ ਵਿੱਚ ਸੀਗਾ, ਉੱਥੇ ਥੋੜ੍ਹਾ ਜਿਹਾ ਜ਼ਿਆਦਾ ਹਮਲਾ ਦੇਖਣ ਨੂੰ ਮਿਲ ਰਿਹਾ। ਜਿੱਥੇ ਹੈ ਨਹੀਂ ਸੀਗਾ ਹਮਲਾ, ਉੱਥੇ ਵੀ ਕਿਤੇ ਕਿਤੇ ਟਾਵਾਂ ਹਮਲਾ ਦੇਖਣ ਨੂੰ ਮਿਲਿਆ। ਉਹਦੇ ਬਾਰੇ ਉਦੋਂ ਵੀ ਜਾਣਕਾਰੀਆਂ ਸਾਂਝੀਆਂ ਕੀਤੀਆਂ, ਹਾਲਾਂਕਿ ਕਈ ਜਗ੍ਹਾ 'ਤੇ ਇਸ ਚੀਜ਼ ਨੂੰ ਬੜਾ ਹੂਆ ਬਣਾ ਕੇ ਪੇਸ਼ ਕੀਤਾ ਗਿਆ। ਕਈ ਕਿਸਾਨ ਵੀਰ ਮਤਲਬ ਇਸ ਚੀਜ਼ ਤੋਂ ਘਬਰਾਉਂਦੇ ਸੀਗੇ ਕਿ ਸਾਡੇ ਜੀ ਕਣਕ ਸੁੰਡੀ ਖਾ ਗਈ। ਕਈ ਥਾਵਾਂ 'ਤੇ ਕੀ ਹੁੰਦਾ ਕਿ ਬਿਜਾਈ ਵਿੱਚ ਕੋਈ ਸਮੱਸਿਆ ਆ ਗਈ, ਜਰਮੀਨੇਸ਼ਨ ਘੱਟ ਹੋਈ, ਪਾਣੀ ਦੀ ਕੁਆਲਿਟੀ, ਜ਼ਮੀਨ ਦੇ ਵਿੱਚ ਕਿਸੇ ਕਿਸਮ ਦਾ ਕੋਈ ਨੁਕਸ, ਪਾਣੀ ਤੋਂ ਪਹਿਲਾਂ ਕਿਤੇ ਕਿਤੇ ਹਮਲਾ, ਜਾਂ ਕਿਤੇ ਕੋਈ ਟਰਮਾਈਟ, ਸਿਉਂਕ, ਜਾਂ ਕੋਈ ਹੋਰ ਫਾਲ ਆਰਮੀ ਵਰਮ, ਕਿਸੇ ਕਿਸਮ ਦੀ ਕੋਈ ਸਮੱਸਿਆ ਹੋ ਸਕਦੀ ਜਿਹਨੂੰ ਆਪਾਂ ਪ੍ਰੋਪਰਲੀ ਜਿਹੜਾ ਟੈਕਲ ਨਹੀਂ ਕਰਦੇ, ਉਹ ਸਮੱਸਿਆ ਨੂੰ ਪ੍ਰੋਪਰਲੀ ਆਪਾਂ ਕਈ ਵਾਰ ਧਿਆਨ ਨਹੀਂ ਦੇ ਪਾਉਂਦੇ, ਤਾਂ ਉੱਥੇ ਕਈ ਥਾਵਾਂ 'ਤੇ ਦੌਕੀਆਂ ਬਣਨ ਦੀ ਸਮੱਸਿਆ ਆਈ। ਕਿਸਾਨ ਵੀਰਾਂ ਨੇ ਜਾਣਕਾਰੀ ਵੀ ਸਾਂਝੀ ਕੀਤੀ ਗਈ। ਆਉਣ ਵਾਲੇ ਦਿਨਾਂ 'ਚ ਮੈਂ ਇੱਕ ਦੋ ਦਿਨਾਂ 'ਚ ਨਾ ਵੀਡੀਓ ਸਾਂਝੀ ਕਰਨ ਦੀ ਤੁਹਾਡੇ ਨਾਲ ਕੋਸ਼ਿਸ਼ ਕਰੂੰਗਾ ਕਿ ਜਿੱਥੇ ਸੁੰਡੀ ਪਈ ਕਿਸਾਨ ਵੀਰਾਂ ਨਾਲ ਜਿਹੜੀ ਉਦੋਂ ਰਾਬਤਾ ਵੀ ਕੀਤਾ ਗਿਆ, ਅਤੇ ਜਿੱਥੇ ਫੋਟ ਵਧੀਆ ਹੋ ਗਈ, ਕਣਕਾਂ ਇੱਕ ਨੰਬਰ ਖੜੀਆਂ ਇਸ ਟਾਈਮ। ਉਦੋਂ ਬਾਅਦ ਦੁਬਾਰਾ ਐਕਟੀਵੇਟ ਹੀ ਨਹੀਂ ਹੋ ਸਕੀ ਗੁਲਾਬੀ ਤਣੇ ਦੀ ਸੁੰਡੀ, ਕਿਉਂਕਿ ਠੰਡ ਬੜੀ ਲੰਬੇ ਸਮੇਂ ਤੱਕ ਚਲੀ ਗਈ, ਲੇਟ ਚਲੀ ਗਈ, ਉਦੋਂ ਨੂੰ ਕਣਕਾਂ ਨਸਾਰਾ ਲੈ ਗਈਆਂ। ਜਦੋਂ ਕਣਕ 'ਚ ਦਾਣਾ ਭਰ ਗਿਆ, ਸਿੱਟੇ ਕੱਢੇ, ਉਦੋਂ ਬਾਅਦ ਚਾਹੇ ਤੁਹਾਡੇ ਫਾਲ ਆਰਮੀ ਵਰਨ ਦਾ ਅਟੈਕ ਹੋ ਜੇ, ਮਤਲਬ ਜਿਹੜੀ ਸੈਨਿਕ ਸੁੰਡੀ ਆ ਜਿਹਨੂੰ ਮੁੰਜਰ ਕੱਟ ਵਗੈਰਾ ਤੁਸੀਂ ਕਹਿ ਦਿੰਦੇ ਆ, ਚਾਹੇ ਤੁਹਾਡੇ ਗੁਲਾਬੀ ਸੁੰਡੀ ਤਣੇ ਵਾਲੀ ਨੇ ਉਹਨੇ ਵਿੱਚੋਂ ਖਾਣਾ ਵੀ ਕੀ ਹੈ। ਜਦੋਂ ਫਸਲ ਗੋਭ 'ਚ ਆ, ਉਦੋਂ ਪਹਿਲਾਂ ਜੇ ਕੋਈ ਮਾੜਾ ਮੋਟਾ ਹਮਲਾ ਹੁੰਦਾ, ਉਹਦੇ ਨਾਲ ਸਿੱਟੇ ਚਿੱਟੇ ਨਿਕਲਦੇ। ਪਰ ਇਸ ਟਾਈਮ ਜੇ ਮੈਂ ਕਹਾਂ, ਕਿਉਂਕਿ ਫਸਲਾਂ ਵਧੀਆ ਨੇ, ਕਿਤੇ ਬਿਰਲਾ ਟਾਵਾਂ ਕਿਤੇ ਕੋਈ ਸੁੰਡੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ, ਅੱਜ ਵੀ ਮੈਂ ਫੀਲਡ ਦੇਖੇ ਸੀ, ਕਿਤੇ ਕਿਤੇ ਲੱਭ ਸਕਦੀ ਆ, ਪਰ ਉਹਦਾ ਇਕਨੋਮੀਕਲ ਲੋਸ ਬਿਲਕੁਲ ਨਹੀਂ ਹੈਗਾ। ਕਈ ਥਾਵਾਂ 'ਤੇ ਕਿਸਾਨ ਵੀਰ ਕਹਿੰਦੇ ਜੀ ਸਾਡੇ 15 ਦਿਨਾਂ ਨੂੰ ਕਣਕ ਵੱਢੀ ਜਾਣੀ, ਸੁੰਡੀ ਬਹੁਤ ਆ, ਬਿਲਕੁਲ ਘਬਰਾਉਣ ਦੀ ਜ਼ਰੂਰਤ ਨਹੀਂ। ਆਪਣੀ ਮੁਸ਼ਕਲ ਕੀ ਆ ਕਿ ਆਪਾਂ ਜਦੋਂ ਕੀੜਾ ਦੇਖਦੇ ਹਾਂ ਨਾ ਖੇਤ ਦੇ ਵਿੱਚ, ਕਿਸੇ ਕਿਸਮ ਦਾ, ਚਾਹੇ ਰਸ ਚੂਸਕ ਹੈ, ਚਾਹੇ ਕੋਈ ਸੁੰਡੀ ਹੈ, ਆਪਾਂ ਉਸ ਚੀਜ਼ ਤੋਂ ਘਬਰਾਉਂਦੇ ਹਾਂ। ਹਾਲਾਂਕਿ ਕਈ ਵਾਰ ਆਪਾਂ ਨੂੰ ਬਿਮਾਰੀ ਵਗੈਰਾ ਦਾ ਪਤਾ ਨਹੀਂ ਲੱਗਦਾ। ਕਈ ਥਾਵਾਂ 'ਤੇ ਕਰਨਾਲ ਬੰਟ ਇਸ ਵਾਰ ਕਣਕ ਦੇ ਵਿੱਚ ਕਈ ਜਗ੍ਹਾ 'ਤੇ ਕਾਫੀ ਦੇਖਣ ਨੂੰ ਮਿਲੀ ਆ, ਜਿਹਦੇ ਨਾਲ ਕਣਕ ਦੀਆਂ ਨੋਕਾਂ ਜਿਹੜੀਆਂ ਦਾਣੇ ਦੀਆਂ ਉਹ ਪੀਲੀਆਂ ਪਈਆਂ ਨੇ, ਥੋੜ੍ਹਾ ਥੋੜ੍ਹਾ ਜਿਹੜਾ ਪਾਊਡਰ ਕਾਲੇ ਕਣਕੇ ਵੀ ਨਜ਼ਰ ਆ ਰਹੇ ਨੇ ਜਦੋਂ ਦਾਣਾ ਸਿੱਟਾ ਭੋਰ ਕੇ ਦੇਖੀਦਾ, ਉਹ ਚੀਜ਼ ਦਾ ਇਫੈਕਟ ਜਿਹੜਾ ਹੈਗਾ ਉਹ ਪੈਂਦਾ ਹੁੰਦਾ ਝਾੜ 'ਤੇ। ਹੁਣ ਇਸ ਟਾਈਮ ਕਿਸੇ ਵੀ ਸਪਰੇਅ ਦਾ ਕੋਈ ਟਾਈਮ ਨਹੀਂ ਹੈਗਾ ਅਤੇ ਨਾ ਕੋਈ ਫਾਇਦਾ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ।